ਦੇਖਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਕਿਸੇ ਵੀ ਦੁੱਖ ਤਕਲੀਫ ਕਿਸੇ ਵੀ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚੋਂ ਨਿਕਲਣ ਦੇ ਵਿੱਚ ਬਹੁਤ ਮਦਦ ਮਿਲੇਗੀ ਮੌਜੂਦ ਰਹੇਗਾ ਪਾਈ ਸਾਤਾ ਤੁਸੀਂ ਦੇਖ ਰਹੇ ਹੋ ਔਰ ਖਾਸੀ ਦੱਸਾਂਗੇ ਕਿ ਕੀ ਹੈ ਔਰ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਵਾਕਈ ਕਹੋਗੇ ਕਿ ਕਮਾਲ ਕਰਤੀ ਮੈਂ 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 ਕੰਨਿਆਂ ਨੇ ਕਿ ਗਾਦਰ ਸਰੀਰ ਉਹ ਕਦੇ ਗਾਣੇ ਵਾਲਾ ਨਹੀਂ ਹੈਗਾ ਇਹ ਅਸਲੀ ਆ ਗਾਦਰ ਸਰੀਰ ਆ ਦੇਖੋ ਤੁਸੀਂ ਦੇਖੋ ਸਾਥ ਤੋਂ ਬਿਨਾ ਕੁਛ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਕਹਿੰਦੇ ਹਰ ਕਾਮਯਾਬ ਇਨਸਾਨ ਪਿੱਛੇ ਉਹਦੀ ਪਤਨੀ ਦਾ ਹੱਥ ਹੁੰਦਾ ਤੁਹਾਡਾ ਵੀ ਬਹੁਤ ਹੱਥ ਰਿਆ ਹੋਣਾ ਜੀ ਜਿਵੇਂ ਹੁਣ ਇਹ ਜਲਾ ਸੁਣਦੇ ਬੋਲਦੇ ਨਹੀਂ ਮੈਂ ਹੈਂਡੀਕੈਪਟਾ ਤੇ ਮੈਨੂੰ ਸਾਰਾ ਪਤਾ ਲੱਗਾ ਸੀ ਇਹਨਾਂ ਬਾਰੇ ਵੀ ਉਹ ਇਕਨ ਨੇਗੇ ਤੇ ਮੈਂ ਆਪਣੇ ਆਪਣੇ ਸੋਚੇ ਵੀ ਕੋਈ ਨਾ ਮੈਂ ਵੀ ਰੱਬ ਦੇ ਮਾਰੇ ਤੇ ਹੋ ਵੀ ਰੱਬ ਦੇ ਮਾਰੇ ਠੀਕ ਆ ਸਾਡਾ ਦੋਹਾਂ ਦਾ ਸਾਥ ਬਣ ਜੂ ਅਸੀਂ ਕੱਟਾਂਗੇ ਜ਼ਿੰਦਗੀ ਬੱਚੇ ਮਾਪਿਆਂ ਨੇ ਬਹੁਤ ਮੁਸ਼ਕਲ ਨਾਲ ਪਾਲੇ ਹੁੰਦੇ ਆ ਸਿਗਰਟ ਨਸ਼ਾ दारू ਕੁਛ ਨਾ ਪੀਓ ਬਹੁਤ ਜ਼ਬਰਦਸਤ ਬਾਈ ਦਾ ਸਨੇਹਾ ਵਾ ਰੋਟੀ ਖਾਓ ਸਿਹਤ ਬਣਾਓ ਪਰਿਵਾਰ ਬਾਰੇ ਸੋਚੋ ਵਾਹ ਜੀ ਵਾਹ ਬਹੁਤ ਸੀਮਤ ਸਾਧਨਾਂ ਦੇ ਨਾਲ ਇੰਨੀ ਮਿਹਨਤ ਹੈ ਬਾਈ ਦੀ ਖਾਣਕ ਵੀ ਕੋਈ ਬਹੁਤੀ ਨਹੀਂ ਔਰ ਕਬੱਡੀ ਦੇ ਮੇਲਿਆਂ ਦਾ ਸ਼ਿੰਗਾਰ ਹੈ ਬਾਈ ਹਰ ਤਰ੍ਹਾਂ ਦਾ ਜਿਹੜਾ ਮਸਲ ਦੇਖੋ ਤੁਸੀਂ ਔਰ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਸਹੂਲਤ ਹੋਵੇ ਮਹਿੰਗੇ ਜਿੰਮਾਂ ਦੀ ਗੱਲ ਹੋਵੇ ਪ੍ਰੋਟੀਨ ਦੀ ਗੱਲ ਹੋਵੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਪਰ ਦੇਸੀ ਖਾਣਕ ਦੇ ਨਾਲ ਜਿੰਮ-ਜਮ ਬਹੁਤਾ ਬਾਈ ਨਹੀਂ ਜਾਂਦਾ ਵੱਡਾ ਦਿਲ ਦਿਖਾਇਆ ਹੈ ਨਾ ਇਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਿਆ ਔਰ ਹੁਣ ਮੈਨੂੰ ਲੱਗਦਾ ਕਿ ਮਾਣ ਵੀ ਮਹਿਸੂਸ ਹੁੰਦਾ ਹੋਣਾ ਬਾਈ ਦੀ ਪ੍ਰਾਪਤੀ ਤੇ ਹਾਂਜੀ ਹਾਂ ਬਹੁਤ ਹੁੰਦਾ ਹੈਗਾ ਜੀ ਤੇ ਬਸ ਮੈਨੂੰ ਐ ਤੀਜ ਵੀ ਜਿਵੇਂ ਚੱਲਦਾ ਇਦਾਂ ਦੀ ਵੀ ਇਦਾਂ ਤੇ ਨੇ ਵੀ ਅਸੀਂ ਦੋਨੋਂ ਇਕੱਟ ਸਕਦੇ ਆ ਜੀ ਬਸ ਠੀਕ ਆ ਨਾ ਜੀ ਪੇਕੇ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈਗਾ ਸਿੱਪਾਂ ਨੂੰ ਤੇ ਇਸ ਕਰਕੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਵੀ ਐਕਨ ਨੇ ਕੋਈ ਗੱਲ ਨਹੀਂ ਜੇ ਕਦੇ-ਕਦੇ ਜਾਣ ਕੇ ਹੋ ਹੋ ਜਾਂਦਾ ਨਹੀਂ ਗੱਲ ਸਮਝ ਆਉਂਦੀ ਥੋੜਾ ਜਿਹਾ ਹੋ ਹੋ ਜਾਂਦੇ ਨੇ ਪਰ ਮੈਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਤੇ ਹੁਣ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਜੀ 2 ਸਾਲ ਹੋ ਗਏ 2 ਸਾਲੋਂ ਤੇ ਹੁਣ ਮੇਰਾ ਸਲਾਈਡ ਦਾ ਸਿਰ ਨੂੰ ਚੱਲ ਬਹੁਤ ਫੈਨ ਨੇ ਜੀ ਇਹਦੇ ਜੋ ਮਿਲ ਲਾਉਂਦੇ ਨੇ ਘਰੇ ਘਰ ਮਿਲ ਲਾਉਂਦੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਉਸ ਟਾਈਮ ਮੇਰੇ ਤਾਂ ਜੀ ਬੱਚੇ ਚਾਰ ਕੋ ਲੜਕੀਆਂ ਨੇ ਅੱਛਾ ਇਹ ਤਿੰਨ ਲੜਕੇ ਸੀਗੇ ਇੱਕ ਕੁੜੀ ਲੜਕੀ ਗੂੰਗੀ ਆ ਉਹ ਵੀ ਪਹਿਲੇ ਅੱਛਾ ਹਾਂ ਜੀ ਉਹ ਵੀ ਹੈ ਨਾ ਵਾਲੀ ਖੁਸ਼ੀ ਹੋ ਜਾਂਦੀ ਆ ਜੀ ਫੋਟੋਆਂ ਖਿੱਚਾਉਂਦੇ ਨੇ ਇਹਦੇ ਨਾਲ ਜਿੱਥੇ ਵੀ ਜਾਂਦਾ ਘੇਰ ਕੇ ਖੜ ਜਾਂਦੇ ਨੇ ਜੱਫੀਆਂ ਪਾਪਾ ਮਿਲਦੇ ਨੇ ਸਰ ਡੈਡੀ ਦੇ ਨਾਲ ਲੋਕ ਫੋਟੋ ਖਚਾਉਂਦੇ ਆ ਫਿਰ ਖੁਸ਼ੀ ਹੁੰਦੀ ਆ ਪਰ ਬਹੁਤ ਯਾਦ ਹੁੰਦੀ ਜਿਆਦੀ ਫੋਟੋ ਖਚਾਉਂਦੇ ਨੇ ਦੰਦ ਨਾ ਹੂੰ ਸਿਆਣੇ ਕਹਿੰਦੇ ਕਿ ਪ੍ਰਮਾਤਮਾ ਇੱਕ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਦੂਜਾ ਦਰਵਾਜ਼ਾ ਹਮੇਸ਼ਾ ਖੋਲਦਾ ਹੈ ਪੱਕੇ ਤੌਰ ਤੇ ਖੋਲਦਾ ਹੈ ਤੇ ਜਿਹੜੀ ਅੱਜ ਇਹ ਇੰਟਰਵਿਊ ਮੈਂ ਕਰਨ ਲਗਾ ਯਕੀਨ ਮੰਨਿਓ ਇਸ ਨੂੰ ਦੇਖਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਕਿਸੇ ਵੀ ਦੁੱਖ ਤਕਲੀਫ ਕਿਸੇ ਵੀ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚੋਂ ਨਿਕਲਣ ਦੇ ਵਿੱਚ ਬਹੁਤ ਮਦਦ ਮਿਲੇਗੀ ਤੁਸੀਂ ਆਪਣੇ ਆਪ ਨੂੰ ਕਾਫੀ ਜ਼ਿਆਦਾ ਖੁਸ਼ਕਿਸਮਤ ਮਹਿਸੂਸ ਕਰੋਗੇ ਔਰ ਸ਼ੁਕਰ ਕਰੋਗੇ ਪ੍ਰਮਾਤਮਾ ਦਾ ਕਿਉਂਕਿ ਜਿਵੇਂ ਦੀ ਜ਼ਿੰਦਗੀ ਅਸੀਂ ਜੀਰੇ ਹੁੰਨੇ ਆ ਕਿਸੇ ਲਈ ਉਹ ਸੁਪਨਾ ਹੁੰਦੀ ਹੈ ਜ਼ਿੰਦਗੀ ਮੈਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਔਰ ਇਹ ਇੰਟਰਵਿਊ ਬਹੁਤ ਧਿਆਨ ਨਾਲ ਦੇਖਿਓ ਇੱਕ ਦੂਜੇ ਨਾਲ ਸਾਂਝੀ ਕਰਿਓ ਬਹੁਤ ਖਾਸ ਹੈ ਬਹੁਤ ਮੋਟੀਵੇਟ ਕਰੇਗੀ ਕਿਉਂਕਿ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਚੀਜ਼ਾਂ ਉਹੀ ਦਿਖਾਈਆਂ ਜਾਣ ਜੋ ਤੁਹਾਨੂੰ ਮੋਟੀਵੇਟ ਕਰਨ ਜਿਨ੍ਹਾਂ ਦਾ ਕੋਈ ਮਕਸਦ ਹੋਵੇ ਜਿਨ੍ਹਾਂ ਦੇ ਨਾਲ ਤੁਹਾਨੂੰ ਜ਼ਿੰਦਗੀ ਚ ਅੱਗੇ ਵਧਣ ਦੀ ਪ੍ਰੇਰਣਾ ਮਿਲੇ ਤਾਂ ਬਿਲਕੁਲ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆ ਤੇ ਮੇਰੇ ਨਾਲ ਮੌਜੂਦ ਰਹੇਗਾ ਭਾਈ ਸਾਡਾ ਤੁਸੀਂ ਦੇਖ ਰਹੇ ਹੋ ਔਰ ਖਾਸियत ਦੱਸਾਂਗੇ ਕਿ ਕੀ ਹੈ ਔਰ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਵਾਕਈ ਕਹੋਗੇ ਕਿ ਕਮਾਲ ਕਰਤੀ ਤਾਂ ਬਿਲਕੁਲ ਪਟਿਆਲਾ ਦੇ ਵਿੱਚ ਮੌਜੂਦਾ ਤਾਂ ਸੁਖਵਿੰਦਰ ਸਿੰਘ ਹੈ ਬਾਈ ਸਾਡੇ ਨਾਲ ਮੌਜੂਦ ਰਹੇਗਾ ਇਹ ਉਹਨਾਂ ਦੀ ਧਰਮ ਪਤਨੀ ਨੇ ਔਰ ਉਹਨਾਂ ਦੇ ਇੱਥੇ ਪਰਿਵਾਰ ਦੇ ਵਿੱਚ ਅਸੀਂ ਆਏ ਆ ਇਹ ਪਿੰਡ ਦੇ ਵਿੱਚ ਆਏ ਆ ਪੰਜ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਇਹ ਇਹ ਅੱਛਾ ਦੱਸੋ ਤੁਸੀਂ ਜਿਵੇਂ ਮੈਂ ਪਹਿਲਾਂ ਬੋਲ ਕੇ ਹਟਿਆ ਪ੍ਰਮਾਤਮਾ ਜੇ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਦੂਜਾ ਖੋਲੇ ਬਿਨਾ ਪਹਿਲਾਂ ਨਹੀਂ ਬੰਦ ਕਰਦਾ ਤਾਂ ਉਹੀ ਚੀਜ਼ ਹੈ ਇਹ ਬਾਈ ਬੋਲ ਵੀ ਨਹੀਂ ਸਕਦਾ ਸੁਣ ਵੀ ਨਹੀਂ ਸਕਦਾ ਤੇ ਬਾਈ ਦੀਆਂ ਜਿਹੜੀਆਂ ਮੱਲਾਂ ਨੇ ਉਹ ਮੈਂ ਕਿਹਾ ਜਦੋਂ ਦਰਸ਼ਕ ਦੇਖਣਗੇ ਤਾਂ ਬਿਲਕੁਲ ਕਮਾਲ ਹੋ ਜੂਗੀ ਕਿਉਂਕਿ ਇੱਕ ਹਰ ਤਰ੍ਹਾਂ ਦੀ ਸਹੂਲਤ ਹੁੰਦੇ ਹੋਏ ਵੀ ਬੰਦਾ ਐਦਾਂ ਆ ਪਹਿਲਾਂ ਪਹਿਲਾਂ ਤੁਹਾਨੂੰ ਦਿਖਾ ਹੀ ਦਈਏ ਬਾਈ ਸੁਖਵਿੰਦਰ ਰਾਜੀ ਆ ਜੀ ਆ ਦੇਖੋ ਇਹ ਆ ਜੀ ਬਾਈ ਸੁਖਵਿੰਦਰ ਤੇ ਵੱਡੀ ਗੱਲ ਆ ਦੇਖੋ ਤੁਸੀਂ ਬਹੁਤ ਸੀਮਤ ਸਾਧਨਾਂ ਦੇ ਨਾਲ ਆ ਦੇਖੋ ਤੁਸੀਂ ਘਰ ਤੁਸੀਂ ਦੇਖਿਆ ਬਹੁਤ ਸੀਮਤ ਸਾਧਨਾਂ ਦੇ ਨਾਲ ਇੰਨੀ ਮਿਹਨਤ ਆ ਬਾਈ ਦੀ ਖਰਾਕ ਵੀ ਕੋਈ ਬਹੁਤੀ ਨਹੀਂ ਔਰ ਕਬੱਡੀ ਦੇ ਮੇਲਿਆਂ ਦਾ ਸ਼ਿੰਗਾਰ ਆ ਬਾਈ ਸਨਮਾਨਤ ਹੁੰਦਾ ਹੈ ਬੁਕਿੰਗ ਕਰਕੇ ਲੈ ਕੇ ਜਾਂਦੇ ਆ ਤਾਂ ਤੁਸੀਂ ਦੇਖੋ ਆਪਣੀ ਮਿਹਨਤ ਦੇ ਨਾਲ ਸੁਣ ਨਹੀਂ ਸਕਦਾ ਬਾਈ ਬੋਲ ਨਹੀਂ ਸਕਦਾ ਪਰ ਦੇਖੋ ਤੁਸੀਂ ਪਿਆਰ ਕਿੰਨਾ ਹੈ ਸਰੀਰਕ ਸਰੀਰ ਕਿਵੇਂ ਤਰਾਸ਼ਿਆ ਪਿਆ ਬਿਲਕੁਲ ਜਿਵੇਂ ਕੱਚ ਦੇ ਗਲਾਸ ਕਹਿੰਦੇ ਆ ਨਾ ਪੁਰਾਣੀਆਂ ਗੱਲਾਂ ਨੇ ਕਿ ਤਰਾਸ਼ੇ ਹੁੰਦੇ ਨੇ ਤਾਂ ਤੁਸੀਂ ਦੇਖੋ ਹਰ ਤਰ੍ਹਾਂ ਦਾ ਜਿਹੜਾ ਮਸਲ ਦੇਖੋ ਤੁਸੀਂ ਔਰ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਸਹੂਲਤ ਹੋਵੇ ਮਹਿੰਗੇ ਜਿੰਮਾਂ ਦੀ ਗੱਲ ਹੋਵੇ ਪ੍ਰੋਟੀਨ ਦੀ ਗੱਲ ਹੋਵੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਦੇਸੀ ਖਾਣਕ ਦੇ ਨਾਲ ਜਿੰਮ ਜਮ ਬਹੁਤਾ ਬਾਈ ਨਹੀਂ ਜਾਂਦਾ ਘਰੇ ਆਪਣਾ ਬਣਾਇਆ ਹੋਇਆ ਸਾਰਾ ਸੈਟਿੰਗ ਕੀਤੀ ਹੋਈ ਆ ਤਾਂ ਦੇਖੋ ਤੁਸੀਂ ਸਰੀਰ ਕਿਵੇਂ ਤਰਾਸ਼ ਤਰਾਸ਼ਿਆ ਹੋਇਆ ਐਬਸ ਦੀ ਗੱਲ ਹੋਵੇ ਬਾਈਸੈਪਸ ਟ੍ਰਾਈਸੈਪਸ ਹਰ ਚੀਜ਼ ਤਾਂ ਬਾਈ ਉਹੀ ਗੱਲ ਕਹਿ ਰਿਹਾ ਕਿ ਮੈਂ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਪਰ ਮੈਨੂੰ ਲੱਗਦਾ ਕਿ ਬਾਈ ਦੀ ਜਿਹੜੀ ਕਲਾ ਹੈ ਕਲਾ ਬੋਲਦੀ ਹੈ ਬੋਲਣ ਦੀ ਲੋੜ ਨਹੀਂ ਬਾਈ ਨੂੰ ਉਹ ਕਹਿੰਦੇ ਇਹ ਕਾਰਡ ਬੋਲਦਿਆ ਤਾਂ ਉਹੀ ਚੀਜ਼ ਆ ਇੱਥੇ ਆ ਕੇ ਚੀਜ਼ਾਂ ਸੱਚ ਹੋ ਜਾਂਦੀਆਂ ਨੇ ਕਿ ਆਹ ਦੇਖੋ ਬਾਈ ਦੇ ਕਾਰਡ ਬੋਲਦਿਆ ਤੁਸੀਂ ਦੇਖੋ ਸਿਹਤ ਤੁਹਾਨੂੰ ਦੇਖ ਕੇ ਤੁਹਾਡਾ ਦਿਲ ਬਿਲਕੁਲ ਆਸ਼ਾ ਸੀ ਕਰ ਉਠੇਗਾ ਕਹਿੰਦੇ ਜਿਵੇਂ ਪੰਜਾਬੀ ਚ ਕਿ ਭੁੱਖ ਲੈ ਜੂਗੀ ਤਾਂ ਉਹੀ ਚੀਜ਼ ਹੈ ਜੀ ਇਹ ਤਾਂ ਆਹ ਹੈ ਜੀ ਬਾਈ ਬਾਈ ਸੁਖਵਿੰਦਰ ਤਾਂ ਸੁਖਵਿੰਦਰ ਆ ਦੇਖੋ ਟੈਟੂ ਟੈਟੂ ਪੁਆਇਰਾ ਚਲੋ ਸ਼ਿੰਗਾਰਿਆ ਪਿਆ ਰੌਕ ਲਿਖਿਆ ਹੈ ਤਾਂ ਦੂਜੀ ਦੇਖੋ ਇਹ ਇਹ ਬਾਈ ਦੀ ਮਿਹਨਤ ਆ ਮੈਨੂੰ ਲੱਗਿਆ ਕਿ ਇਹ ਜੀ ਚੀਜ਼ ਤੁਹਾਡੇ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਮੋਟੀਵੇਟ ਕਰੂਗੀ ਨੌਜਵਾਨ ਅੱਜ ਬਹੁਤ ਤਰ੍ਹਾਂ ਦੀਆਂ ਅਲਾਮਤਾਂ ਦੇ ਵਿੱਚ ਫਸੇ ਹੋਏ ਨੇ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਤਾਂ ਤੁਸੀਂ ਦੇਖੋ ਕਿ ਜੇ ਤੁਹਾਡੇ ਅੰਦਰ ਕੁਝ ਕਾਰਗੁਜ਼ਰਨ ਦਾ ਜਜ਼ਬਾ ਹੈ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਹੁਤ ਕੁਝ ਹੋ ਸਕਦਾ ਤਾਂ ਬਾਈ ਦੀ ਇਹ ਮਿਸਿਸ ਆ ਬਾਈ ਜੀ ਤੁਸੀਂ ਵੀ ਆ ਜਾਓ ਕੋਲ ਆ ਜਾਓ ਤੁਸੀਂ ਇਹ ਇਹ ਇਹਨਾਂ ਦੇ ਧਰਮ ਪਤਨੀ ਨੇ ਦੇਖੋ ਸਾਥ ਤੋਂ ਬਿਨਾ ਕੁਝ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਕਹਿੰਦੇ ਹਰ ਕਾਮਯਾਬ ਇਨਸਾਨ ਪਿੱਛੇ ਉਹਦੀ ਪਤਨੀ ਦਾ ਹੱਥ ਹੁੰਦਾ ਤਾਂ ਤੁਹਾਡਾ ਵੀ ਬਹੁਤ ਹੱਥ ਰਿਆ ਹੋਣਾ ਜੀ ਹਾਂਜੀ ਹਾਂ ਬਹੁਤ ਹੱਥ ਰਿਆ ਕਿੰਨੇ ਕਿੰਨੇ ਸਾਲ ਹੋ ਗਏ ਭੈਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਾਢੇ 16ਵਾਂ ਸਾਲ ਲੱਗਾ ਹੈ 16 ਸਾਲ ਹੋ ਗਏ ਵਿਆਹ ਦਾ ਅੱਛਾ ਜਦੋਂ ਜਦੋਂ ਵਿਆਹ ਹੋਇਆ ਹੋਣਾ ਇੱਕ ਸਮਾਜਿਕ ਚੀਜ਼ਾਂ ਬਹੁਤ ਹੁੰਦੀਆਂ ਨੇ ਕਿ ਜਿਵੇਂ ਬਾਈ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਹੈਨਾ ਪਰ ਤੁਸੀਂ ਇੱਕ ਵੱਡਾ ਦਿਲ ਦਿਖਾਇਆ ਹੈਨਾ ਇਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਿਆ ਔਰ ਹੁਣ ਮੈਨੂੰ ਲੱਗਦਾ ਕਿ ਮਾਣ ਵੀ ਮਹਿਸੂਸ ਹੁੰਦਾ ਹੋਣਾ ਬਾਈ ਦੀ ਪ੍ਰਾਪਤੀ ਤੇ ਹਾਂਜੀ ਹਾਂ ਬਹੁਤ ਹੁੰਦਾ ਹੈਗਾ ਜੀ ਤੇ ਬਸ ਮੈਨੂੰ ਐ ਤੇ ਜਿਵੇਂ ਜਿਵੇਂ ਚੱਲ ਐਦਾਂ ਦੀ ਐ ਵੀ ਐਦਾਂ ਤੇ ਨੇ ਹੂੰ ਵੀ ਅਸੀਂ ਦੋਨਾਂ ਹੀ ਕੱਟ ਸਕਦੇ ਆਂ ਜੀ ਬਸ ਠੀਕ ਆ ਨਾ ਜੀ ਪੇਕੇ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਗਤੀ ਭੈਣ ਨੂੰ ਤੇ ਇਸ ਕਰਕੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਵੀ ਐਕਨ ਨੇ ਕੋਈ ਗੱਲ ਨਹੀਂ ਜੇ ਕਦੇ-ਕਦੇ ਜਾਨ ਕੇ ਉਹ ਹੋ ਜਾਂਦਾ ਨਹੀਂ ਗੱਲ ਸਮਝ ਆਉਂਦੀ ਥੋੜਾ ਜਿਹਾ ਉਹ ਹੋ ਜਾਂਦੇ ਨੇ ਪਰ ਮੈਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਹੈ ਨਾ ਬਿਲਕੁਲ ਸਹੀ ਹੈਗਾ 16 ਸਾਲ ਦਾ ਸਾਥ ਹੈ ਤੁਹਾਡਾ ਹੈ ਹਾਂ ਜੀ 16 ਸਾਲ ਲੱਗਾ ਅੱਛਾ ਇਹ ਜਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਉਦੋਂ ਬਾਈ ਇਦਾਂ ਸਿਹਤ ਸੂਤ ਬਣਾਉਣ ਲੱਗ ਗਿਆ ਸੀ ਅੱਦੂਤਾ ਜੀ ਇਹ ਹੋਰ ਨਾ ਵੱਧ ਸੀ ਉਦੋਂ ਅੱਛਾ ਹਾਂਜੀ ਹੁਣ ਇਹਨਾਂ ਦੀ ਖਰਾਕ ਥੋੜੀ ਜੀ ਹੁਣ ਕਿਉਂ ਲੌਕਡਾਊਨ ਚ ਲੱਗ ਗਿਆ 2 ਸਾਲ ਕਰਕੇ ਤੇ ਹੁਣ ਇਹਨਾਂ ਦੀ ਥੋੜੀ ਜੀ ਖਰਾਕ ਘਟੀ ਹੋਈ ਆਗੇ ਕੁਝ ਮਿਲਦਾ ਨਹੀਂ ਖਾਣ ਪੀਣ ਨੂੰ ਅੱਗੇ ਤਾਂ ਆਂਡੇ ਵੀ ਕੇਲਾ ਗੁਲਾ ਹੈ ਜਾਂ ਦੁੱਧ ਦੱਧ ਬਹੁਤ ਕੁਸ ਕੰਦਾ ਪੀਂਦਾ ਸੀਗਾ ਹੂੰ ਤੇ ਹੁਣ ਥੋੜਾ ਜਿਹਾ ਅੱਗੇ ਦਾ ਥੋੜਾ ਜਿਹਾ ਕੱਟ ਗਿਆ ਸਰੀਰ ਇਹਨਾਂ ਦਾ ਅੱਛਾ ਅੱਛਾ ਖਰਾਕ ਵਗੈਰਾ ਕੀ ਹੁੰਦੀ ਆ ਦਿਨ ਦੀ ਬਾਈ ਦੀ ਮੈਂ ਕਹਿੰਦੇ ਕਹਿੰਦੇ ਦੇਸੀ ਚੀਜ਼ਾਂ ਜ਼ਿਆਦਾ ਤੇ ਕਰਦਾ ਜਿਵੇਂ ਅੰਡੇ ਹੋ ਗਏ ਬਨਾਣਾ ਸ਼ੇਕ ਹੋ ਗਿਆ ਇਦਾਂ ਦੀਆਂ ਚੀਜ਼ਾਂ ਜ਼ਿਆਦਾ ਹਾਂ ਇਹ ਕੁਝ ਖਾਂਦੇ ਸੀ ਜੀ ਆਂਡਾ ਹੁੰਦਾ ਤੇ ਆਪਣਾ ਦੁੱਧ ਕੇਲੇ ਜੂਸ ਬਣਾ ਕੇ ਜਿਹੜਾ ਆਪਣਾ ਮਿਕਸੀ ਚ ਕਰਦੇ ਹੁੰਦੇ ਨੇ ਉਹ ਖਾਂਦਾਗਾ ਜੀ ਤੇ ਬਾਕੀ ਹੋਰ ਤੇ ਪਜਾਰੀ ਚੀਜ਼ਾਂ ਮਿੱਠਾ ਹੋ ਗਿਆ ਸਮੋਸੇ ਹੋਗੇ ਤਲੀਆਂ ਤੁਲੀਆਂ ਨਹੀਂ ਨਹੀਂ ਚੀਜ਼ਾਂ ਨਹੀਂ ਜੀ ਇਹ ਖਾਂਦੇ ਹੈਗੇ ਬਸ ਵਾਦ ਤੋਂ ਵਾਦ ਇਹਨਾਂ ਨੂੰ ਆਹੀ ਗੱਲ ਲੇ ਦੇ ਅੰਡੇ ਉਹ ਖੰਦ ਖੁੰਦੇ ਸੀਗੇ ਹੁਣ ਥੋੜਾ ਜਿਹਾ ਲੋਕਡਾਊਨ ਕਰਕੇ ਉਹ ਘਟਿਆ ਹੋਇਆ ਹੈ ਅੱਛਾ ਭੈਣੇ ਤੁਸੀਂ ਤੁਸੀਂ ਮਿਸਾਲ ਹੋ ਉਸ ਚੀਜ਼ ਦੀ ਜਿਨ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ ਕਿ ਜੀ ਇੱਕ ਔਰਤ ਦਾ ਸਾਥ ਬਹੁਤ ਹੁੰਦਾ ਐ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪਰ ਤੁਸੀਂ ਉਹ ਚੀਜ਼ ਦੀ ਮਿਸਾਲ ਹੋ ਤੁਸੀਂ ਪ੍ਰਤੱਖਾ ਕਿਉਂਕਿ ਗੱਲਾਂ ਤਾਂ ਬਹੁਤ ਲੋਕ ਕਰ ਦਿੰਦੇ ਨੇ ਕਿ ਅਪਣਾ ਲੈਣਾ ਚਾਹੀਦਾ ਜੇ ਕਿਸੇ 'ਚ ਕੋਈ ਕਮੀ ਵੀ ਐ ਪਰ ਪਰ ਤੁਸੀਂ ਗੱਲਾਂ ਹੀ ਨਹੀਂ ਕੀਤੀਆਂ ਤੁਸੀਂ ਤੁਸੀਂ ਸੱਚ ਉਹ ਚੀਜ਼ਾਂ ਕਰ ਵੀ ਦਿਖਾਈਆਂ ਨੇ ਤਾਂ ਤੁਸੀਂ ਉਹ ਚੀਜ਼ਾਂ ਕਰ ਵੀ ਦਿਖਾਈਆਂ ਨੇ ਹਾਂਜੀ ਐ ਤਾਂ ਵੀ ਜਿਹੜਾ ਜਾਨੀ ਕਿ ਮਤਲਬ ਮੈਂ ਸਮਾਈ ਸਮੂਹ ਦਾ ਵੀ ਕਰਦੀ ਆ ਸਲਾਈ ਦਾ ਕੰਮ ਕਰਦੀ ਆਂ ਕੀ ਤੇ ਜਦੋਂ ਕੋਈ ਵੀ ਨਹੀਂ ਉਹ ਹੁੰਦਾ ਪਰ ਮੈਂ ਆਪਣੇ ਸਮਾਈ ਦੇ ਸਿਰੋਂ ਖਰਚਾ ਕੁਛ ਆਂ ਵਧਿਆ ਚਲਾ ਲਈ ਜਾਗਾ ਜੇ ਕੋਈ ਆ ਜਾ ਹੁੰਦਾ ਬਸ ਸਿਕਣ ਚ ਚੱਲੀ ਜਾਂਦਾ ਜੀ ਤੁਸੀਂ ਤੁਸੀਂ ਸਟਿਚਿੰਗ ਦਾ ਕੰਮ ਕਰਦੇ ਹੋ ਕੱਪੜੇ ਵਗੈਰਾ ਸੀ ਹੁੰਨੇ ਹੋ ਹਾਂਜੀ ਹਾਂ ਸਲਾਈ ਦਾ ਕੰਮ ਕਰਦੀ ਆਂ ਜੀ ਮੈਂ ਤੇ ਹੁਣ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਜੀ 2 ਸਾਲ ਹੋ ਗਏ 22 ਸਾਲ ਤੇ ਹੁਣ ਮੇਰਾ ਸਲਾਈ ਦਾ ਸਿਰੋਂ ਚੱਲਦਾ ਤਾਂ ਜੀ ਤੇ ਇਹ ਵੈਸੇ ਕਬੱਡੀ ਕਬੱਡੀ ਮੇਲਿਆਂ 'ਚ ਜਾਂਦੇ ਆ ਉਦੋਂ ਵੀ ਮੈਨੂੰ ਲੱਗਦਾ ਕਿ ਥੋੜਾ ਜਿਹਾ ਚਲੋ ਇੱਕ ਫਾਈਨੈਂਸ਼ੀਅਲੀ ਸਹਾਰਾ ਮਿਲ ਜਾਂਦਾ ਹੋਣਾ ਪਰ ਤੁਸੀਂ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਹਾਰਾ ਦੇ ਰਹੇ ਹੋ ਇਹਨਾਂ ਨੂੰ ਹਾਂਜੀ ਹਾਂ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਹੂੰ ਕੋਈ ਉਹ ਨਹੀਂ ਹੈਗਾ ਜੀ ਯਾਨੀ ਕਿ ਆਇਆ ਕੋਈ ਨਾ ਜੀ ਗਰੀਬੀ ਵਿੱਚ ਤਾਂ ਕਦੇ ਗੱਫੇ ਕਰਦਾ ਤਾਂ ਫੇਰ ਤਾਂ ਮਿਲਦੀ ਹੀ ਰਹਿੰਦੇ ਨੇ ਵਾਹ ਜੀ ਵਾਹ ਠੀਕ ਆ ਨਾ ਤੇ ਹੁਣ ਕੋਈ ਯਾਨੀ ਕਿ ਉਹ ਆਣਾ ਹੋਣੀ ਹੈਗਾ ਵੀ ਹੁਣ ਮੇਰੇ ਸਮਾਜ ਦੇ ਸਿਰੋਂ ਚੱਲਦੇ ਹੁਣ ਇਹਨਾਂ ਦਾ ਚੱਲ ਪਿਆ ਹੂੰ ਤੇ ਹੁਣ ਆਪੀ ਚ ਲਾਉਣੀ ਨਹੀਂ ਨਹੀਂ ਬਹੁਤ ਮੈਂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਬਾਈ ਕਬੱਡੀ ਮੇਲਿਆਂ 'ਚ ਜਾਂਦਾ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਇਹ ਬਾਈ ਕਿੱਥੇ ਰਹਿੰਦਾ ਕਿਵੇਂ ਆ ਤਾਂ ਬਾਈ ਨੂੰ ਜ਼ਰੂਰ ਜਿਹੜਾ ਤੁਸੀਂ ਬੁਲਾਇਓ ਸਨਮਾਨਿਤ ਕਰਿਓ ਹਰ ਤਰ੍ਹਾਂ ਦੀ ਨਾਲ ਸਹਾਇਤਾ ਕਰਿਓ ਕਿਉਂਕਿ ਇਹ ਬਾਈ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਕੋਈ ਮਤਲਬ ਆਪਾਂ ਕਹਿ ਦਈਏ ਕਿ ਕੋਈ ਵਿਚਾਰਾ ਆਪਾਂ ਦਿਖਾ ਰਹੇ ਆ ਜਾਂ ਕੁਝ ਇਦਾਂ ਦੀ ਜਾਂ ਕੋਈ ਤਰਸ ਦਾ ਪਾਤਰ ਆ ਇਹ ਤਾਂ ਮੈਂ ਕਹਿੰਦਾ ਇੱਕ ਚੰਗੇ ਕਹਿੰਦੇ ਘਾਉਂਦੇ ਬੰਦੇ ਤੋਂ ਜ਼ਿਆਦਾ ਵਧੀਆ ਵਾ ਪਰ ਇਹ ਆ ਕਿ ਮਿਹਨਤ ਵਾਈ ਦੀ ਬਹੁਤ ਤਾਂ ਮਿਹਨਤ ਨੂੰ ਮੈਨੂੰ ਲੱਗਦਾ ਕਿ ਸਲਾਮ ਕਰਨੀ ਬਣਦੀ ਵੀ ਹੈ ਅੱਛਾ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਆ ਤੁਹਾਡੇ ਬੱਚੇ ਕਿੰਨੇ ਨੇ ਇੱਕੇ ਬੇਟਾ ਜੀ ਅੱਛਾ ਹਾਂਜੀ ਇੱਕ ਬੇਟਾ ਦਾ ਬੇਟਾ ਬੇਟੇ ਨੂੰ ਵੀ ਆਪਾਂ ਕਵਾਂਗੇ ਕਿ ਜ਼ਰੂਰ ਆਪੇ ਤਾਂ ਦਿਖਾਈਏ ਕਾਦਰ ਸਰੀਰ ਇਹ ਕਦੇ ਕਾਲਿਆ ਵਾਲਾ ਨਹੀਂ ਹੈਗਾ ਇਹ ਅਸਲੀ ਆ ਕਾਦਰ ਸਰੀਰ ਆ ਦੇਖੋ ਇਹ 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 ਬੇਟਾ ਤੁਹਾਡਾ ਕੀ ਆ ਜਾ ਬਈ ਆ ਜਾ ਕੀ ਕੀ ਨਾਮ ਦੋਸਤ ਪਰਸਦੀਪ ਪਰਸ ਪਰਸ ਇੱਥੇ ਆ ਇੱਥੇ ਆ ਜਾ ਪਰਸ ਇੱਥੇ ਆ ਜਾ ਤਾਂ ਬਿਲਕੁਲ ਬਿਲਕੁਲ ਇਹ ਇਹ ਦੇਖੋ ਜੀ ਅੱਛਾ ਡੈਡੀ ਡੈਡੀ ਦੇ ਨਾਲ ਲੋਕ ਫੋਟੋ ਖਚਾਉਂਦੇ ਆ ਫਿਰ ਖੁਸ਼ੀ ਹੁੰਦੀ ਆ ਪਰ ਬਹੁਤ ਜ਼ਿਆਦਾ ਹੁੰਦੀ ਆ ਹੂੰ ਹੂੰ ਬਹੁਤ ਜ਼ਿਆਦਾ ਹੁੰਦੀ ਆ ਜਿਆਦਾ ਫੋਟੋ ਖਚਾਉਂਦੇ ਨੇ ਡੈਡੀ ਨਾਲ ਹੂੰ ਅੱਛਾ ਦੇ ਲੈ ਇਹ ਜਿਹੜੇ ਜਿਹੜੇ ਆਪਾਂ ਫਿਲਮਾਂ ਦੇ ਵਿੱਚ ਬਾਡੀ ਦੇਖਦੇ ਆ ਹੀਰੋਆਂ ਦੀ ਉਸ ਤੋਂ ਵਧੀਆ ਬਾਡੀ ਡੈਡੀ ਨੇ ਬਣਾਈ ਹੋਈ ਆ ਹੈ ਹਾਂ ਬਹੁਤ ਛੋਟੇ ਹੁੰਦੇ ਦੀਆਂ ਫੋਟੋਆਂ ਪਈਆਂ ਨਹੀਂ ਡੈਡੀ ਦੀਆਂ ਹੀ ਦੇਖਦੇ ਹੁੰਦੇ ਆ ਹੁਣ ਹੂੰ ਵੀ ਫੋਟੋਆਂ ਖਿੱਚੀਆਂ ਹੋਈਆਂ ਨੇ ਗੀਆਂ ਸ਼ੌਕ ਸੀ ਡੈਡੀ ਦਾ ਹੂੰ ਜਿੰਮ ਬਣਾਉਣ ਦਾ ਹੂੰ ਤਾ ਕਰਕੇ ਹੁਣ ਡੈਡੀ ਖੇਡਾਂ ਧਿਆੰਦੇ ਨੇ ਰੋਟੀ ਖਾਣ ਵਾਸਤੇ ਪੈਸੇ ਵੀ ਕਾਉਂਦੇ ਨੇ ਹੂੰ ਹੂੰ ਬਿਲਕੁਲ ਬਹੁਤ ਵਧੀਆ ਗੱਲ ਆ ਤੇ ਪੜ ਤ ਪੜਦਾ ਤੂੰ ਯਾਰ ਹਾਂ ਕਿਹੜੀ ਕਲਾਸ ਚ ਨੌਵੀਂ ਚ ਪੜਦੇ ਆਂ ਨੌਵੀਂ ਨੌਵੀਂ ਦੇ ਵਿੱਚ ਪੜਦਾ ਹੂੰ ਤੇ ਤੇ ਪਰਿਵਾਰਕ ਮੈਂਬਰਾਂ ਦਾ ਕਿਵੇਂ ਸਾਥ ਆ ਹੋਰ ਕੌਣ-ਕੌਣ ਆ ਮੈਂ ਕਹੂੰਗਾ ਕਿ ਆਪਾਂ ਬੁਲਾਈਏ ਸਾਰਿਆਂ ਨੂੰ ਇਹ ਇਹ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਸਾਰੇ ਠੀਕ ਹੈ ਆਪਾਂ ਕਵਾਂਗੇ ਸਾਰਿਆਂ ਨੂੰ ਆਜੋ ਆਪਾਂ ਅਨਾਲਾ ਗੱਲਬਾਤ ਵੀ ਕਰਾਂਗੇ ਤੇ ਇੱਕ ਵਾਰ ਬਾਈ ਮੈਂ ਕਹੂੰਗਾ ਫਿਰ ਪੋਜ਼ਿੰਗ ਕਰਕੇ ਦਿਖਾ ਦੇ ਥੋੜੀ ਜੀ ਦੁਬਾਰਾ ਇੱਕ ਵਾਰ ਪੋਜ਼ਿੰਗ ਹੋ ਜਾਏ ਇੱਕ ਵਾਰੀ ਪੋਜ਼ਿੰਗ ਹੋ ਜੇ ਆ ਦੇਖੋ ਜੀ ਆ ਆ ਆ ਦੇਖੋ ਸੁਖਵਿੰਦਰ ਆ ਜੀ ਇਹ ਔਰ ਇਹ ਬਾਈ ਦੇ ਦੇਖੋ ਕਿੰਨੀ ਕਿੰਨੀ ਕਿਵੇਂ ਤਰਾਸ਼ਿਆ ਬਾਈ ਨੇ ਇਹ ਨਾਪਾ ਦਾ ਪਿੰਡ ਪੈਂਦਾ ਜੀ ਕਕਰਾਲਾ ਤਾਂ ਤੁਸੀਂ ਕਿਸੇ ਨੂੰ ਪੁੱਛ ਲੋਂਗੇ ਕਿ ਇੱਥੇ ਸੁਖਵਿੰਦਰ ਦੇ ਘਰ ਜਾਣਾ ਜਿਹੜਾ ਬੋਡੀ ਬਿਲਡਰ ਆ ਮੁੰਡਾ ਤਾਂ ਅਗਲਾ ਤੁਹਾਨੂੰ ਇੱਥੇ ਤੱਕ ਛੱਡ ਕੇ ਆਊਗਾ ਦੇਖੋ ਤੁਸੀਂ ਕੈਸੀ ਗੱਲ ਬਾਤ ਆ ਜੀ ਹਲੇ ਬਾਈ ਕਹਿੰਦਾ ਕਿ ਆਫ ਸੀਜ਼ਨ ਕਰਕੇ ਥੋੜਾ ਜਿਹਾ ਕਰੋਨਾ ਕਰਕੇ ਬੋਡੀ ਥੋੜੀ ਜੀ ਘਟ ਗਈ ਪਰ ਤੁਸੀਂ ਦੇਖੋ ਮਿਹਨਤ ਕਿਆ ਬਾਤਾਂ ਨੇ ਜੀ ਇਹ 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 ਹੁੰਦੀ ਹੈ ਜੀ ਮਿਹਨਤ ਔਰ ਬਹਾਨਾ ਕੋਈ ਨਹੀਂ ਸਿਰਫ ਮਿਹਨਤਾ ਮਿਹਨਤ ਨੇ ਕਮਾਲ ਕਰਤਾ ਬਹੁਤ ਵਧੀਆ ਬਾਈ ਤੇਰੀ ਸਲਾਮ ਹੈ ਇਸ ਚੀਜ਼ ਨੂੰ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਬਾਈ ਦੀ ਥੋੜੀ ਜਿਹੜੀ ਸਰੀਰਕ ਕਮਜ਼ੋਰੀ ਹੈ ਆ ਪਹਿਲੇ ਤੁਸੀਂ ਵੀ ਆਜੋ ਨਾਲ ਹੀ ਤੁਸੀਂ ਵੀ ਇੱਥੇ ਸਾਡੇ ਕੋਲ ਖੜੋ ਜੇ ਥੋੜਾ ਮੈਨੂੰ ਲੱਗਦਾ ਕਿ ਇਹਨਾਂ ਦੇ ਮਦਰ ਨੂੰ ਵੀ ਮੈਂ ਕਹੂੰਗਾ ਆ ਜਾਣ ਸਾਰਾ ਪਰਿਵਾਰ ਆ ਜਾਵੇ ਔਰ ਕਿਉਂਕਿ ਮਾਵਾ ਦਾ ਵੀ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਜੀ ਜੋ ਇੱਥੇ ਤੱਕ ਜਿਹੜਾ ਲੈ ਕੇ ਆਂਦਾ ਜਿਵੇਂ ਦੀ ਜੇ ਪਰਵਰੀਸ਼ ਰਹੀ ਹੋਊਗੀ ਹੌਂਸਲਾ ਸ਼ੁਰੂਆਤੀ ਦੌਰ ਤੋਂ ਦਿੱਤਾ ਹੋਊਗਾ ਤਾਂ ਹੀ ਇੱਕ ਦੂਜੇ ਦੀ ਡੰਗੋਰੀ ਬਣੇ ਨੇ ਆਜੋ ਮਾਤਾ ਜੀ ਆਜੋ ਮਾਤਾ ਜੀ ਕੀ ਕੀ ਨਾਮ ਮਾਤਾ ਜੀ ਤੁਹਾਡਾ ਲਾਜਮੰਤੀ ਆ ਜੀ ਲਾ ਲਾਜਮੰਤੀ ਅੱਛਾ ਮਾਤਾ ਜੀ ਹੁਣ ਹੁਣ ਮਾਣ ਹੁੰਦਾ ਉਦੋਂ ਜਦੋਂ ਜਦੋਂ ਇਹ ਚੀਜ਼ ਹੋਇਆ ਹੋਣਾ ਤਾਂ ਤੁਹਾਨੂੰ ਇੱਕ ਵਾਰ ਤਾਂ ਦਿਲ ਤੇ ਲੱਗੀ ਹੋਣੀ ਹੈ ਗੱਲ ਕਿ ਇਦਾਂ ਹੋ ਗਿਆ ਪਰ ਹੁਣ ਪ੍ਰਮਾਤਮਾ ਨੇ ਕਿਰਪਾ ਬਹੁਤ ਕਰਤੀ ਹਾਂਜੀ ਅੱਛਾ ਜੀ ਮਹਾਰਾਜਾ ਜੀ ਹੂੰ ਕਿਰਪਾ ਕਰਨ ਵਾਲਾ ਹੂੰ ਬਸ ਪ੍ਰਭੂ ਨੇ ਕਰੀਆ ਜੀ ਹੂੰ ਪ੍ਰਭੂ ਨੇ ਇਹਨੂੰ ਬਖਸ਼ਿਆ ਜੋ ਇਹ ਕੰਮ ਹੂੰ ਇਹ ਬਹੁਤ ਵਧੀਆ ਜੀ ਜਿਹੜਾ ਸਾਨੂੰ ਰੋਸ਼ਨ ਹੋ ਜੂਗਾ ਨਾ ਉਹਦਾ ਹੂੰ ਹੂੰ ਬਹੁਤ ਬਹੁਤ ਵੱਡਾ ਫੈਨ ਨੇ ਹੂੰ ਹੂੰ ਬਹੁਤ ਫੈਨ ਨੇ ਜੀ ਇਹਦੇ ਜੋ ਮਿਲਣ ਆਉਂਦੇ ਨੇ ਘਰੇ ਘਰ ਮਿਲਣ ਆਉਂਦੇ ਨੇ ਹੂੰ ਹੂੰ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਉਸ ਟਾਈਮ ਵੀ ਇਹਦੇ ਫੈਨ ਉਹ ਸਾਨੂੰ ਖੁਸ਼ੀ ਖੁਸ਼ੀ ਹੋ ਜਾਂਦੇ ਆ ਜੀ ਫੋਟੋ ਕੱਚਾਉਂਦੇ ਨੇ ਇਹਦੇ ਨਾਲ ਜਿੱਥੇ ਵੀ ਜਾਂਦਾ ਘੇਰ ਕੇ ਖੜ ਜਾਂਦੇ ਨੇ ਜੱਫੀਆਂ ਪਾਪਾ ਮਿਲਦੇ ਨੇ ਸਰ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਸਾਨੂੰ ਮਾਣ ਮਹਿਸੂਸ ਆ ਜੀ ਇਹਨਾਂ ਦੇ ਹੋਰ ਪਰਿਵਾਰਕ ਮੈਂਬਰ ਨੇ ਭਰਾ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਅੱਛਾ ਇਹ 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 ਵੀ ਬ੍ਰਦਰ ਨੇ ਇਹਨਾਂ ਦੇ ਜੀ ਹੂੰ ਭਾਈ ਜੀ ਤੁਸੀਂ ਤੁਸੀਂ ਵੀ ਜਨਮ ਤੋਂ ਹੀ ਇਹ ਦਿੱਕਤ ਚ ਹਾਂ ਜੀ ਪੋਲੀਆ ਹੋ ਗਿਆ ਤੇ 8 ਸਾਲ ਦਾ ਦੀਗਾ ਜੀ ਅੱਛਾ ਤੇ ਉਸ ਤੋਂ ਬਾਅਦ ਆਪਣਾ ਬੁਖਾਰ ਦੇ ਵਿੱਚ ਪੋਲੀਆ ਹੋ ਗਿਆ ਸੀ ਜੀ ਅੱਛਾ ਤੇ ਇਹ ਮੇਰੇ ਬ੍ਰਦਰ ਨੇ ਛੋਟੇ ਮਿੱਤੋਂ ਅੱਛਾ ਇਹ ਇਹਨਾਂ ਨੂੰ ਬਚਪਨ ਤੋਂ ਬਹੁਤ ਸੌਕ ਹੈ ਚੀਜ਼ ਦਾ ਵਾਹ ਜੀ ਤੇ ਬਚਪਨ ਤੋਂ ਹੀ ਕਰਦੇ ਆ ਰਹੇ ਨੇ ਹੂੰ ਇਹ ਇਹਨਾਂ ਨੇ ਹਿੰਮਤ ਨਹੀਂ ਕਦੇ ਵੀ ਹਾਰੀ ਹੂੰ ਤੇ ਇਹਨਾਂ ਨੇ ਅੱਜ ਨਵ ਰੋਸ਼ਨ ਵੀ ਕਰਿਆ ਹੂੰ ਬਹੁਤ ਇਹਦੇ ਫੈਨ ਨੇ ਦੂਰੋਂ ਦੂਰੋਂ ਮਿਲ ਲਾਉਂਦੇ ਨੇ ਇਹਨਾਂ ਨੂੰ ਹੂੰ ਤੇ ਇਹਨਾਂ ਦਾ ਵਧੀਆ ਮਾਨ ਸਨਮਾਨ ਕਰਦੇ ਨੇ ਜੀ ਹੂੰ ਇਹੋ ਜੀ ਗੱਲ ਨਹੀਂ ਹੈਗੀ ਇਹਨਾਂ ਦਾ ਮਿਹਨਤ ਦਾ ਫਲ ਇਹਨਾਂ ਨੂੰ ਮਿਲ ਰਿਹਾ ਬਾਕੀ ਹੋਰ ਅੱਗੇ ਪ੍ਰਮਾਤਮਾ ਇਹਦਾ ਦੀ ਸੁਣੂਗਾ ਜੀ ਇੱਕ ਬੇਟਾ ਬਾਕੀ ਸਾਨੂੰ ਪਤਾ ਇਹ ਤਾਂ ਹੁੰਦੇ ਜੀ ਘਰ ਵਾਲੇ ਵੀ ਹੈਂਡੀਕੈਪਟਾ ਜੀ ਚਲੋ ਮਾਲਕ ਦੇ ਵੱਲੋਂ ਗੁਜ਼ਾਰਾ ਚੱਲ ਰਿਹਾਗਾ ਇੱਕ ਲੋਕਡਾਊਨ ਕਰਕੇ ਬਹੁਤ ਡਾਊਨ ਹੋਇਆ ਪਿਆ ਜੀ ਇਹਨਾਂ ਦਾ ਕੰਮ ਪਹਿਲਾਂ ਚੱਲੀ ਜਾਂਦਾ ਸੀਗਾ ਮੇਲੇ ਤੇ ਹੁਣ ਮੇਲੇ ਬੰਦ ਹੋ ਗਏ ਥੋੜਾ ਜਿਹਾ ਖਰਾਕ ਵੀ ਘਟੀ ਪਈ ਆ ਇਹਦੀ ਹਾਂਜੀ ਕੁਵਿੰਦਰ ਖੇਤੀ ਜੀ ਵੀ ਕਰਾਂਦਾ ਮਿਹਨਤ ਹਾਂਜੀ 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 ਵਿੱਚ ਕਰਾ ਦਿੰਦਾ ਜੀ ਜਦੋਂ ਵਿੱਲਾ ਹੁੰਦਾ ਜੀ ਅੱਛਾ ਹਾਂਜੀ ਤੇ ਵੇਲਾ ਹੋ ਕੇ ਫਿਰ ਸਾਨੂੰ ਮਾੜੀ ਜੀ ਮਦਦ ਕਰਦਾ ਆਪਣੇ ਪਿਤਾ ਨੂੰ ਹੂੰ ਬਸੇ ਹੀ ਗੱਲਾਂ ਨੇ ਜਿਹਦੇ ਅੱਛਾ ਅੱਛਾ ਭੈਣ ਇੱਕ ਤੁਹਾਡੇ ਤੋਂ ਚੀਜ਼ ਜਾਣਨੀ ਚਾਹਾਂਗੇ ਇਹ ਹੁਣ ਕਈ ਲੋਕ ਨੇ ਸਮਾਜ ਦੇ ਵਿੱਚ ਬਹੁਤ ਕੋਈ ਇਦਾਂ ਦੀ ਦਿੱਕਤ ਦੇ ਵਿੱਚੋਂ ਕੋਈ ਸਰੀਰਕ ਹੀਣਤਾ ਜਾਂ ਇਦਾਂ ਦੀ ਚੀਜ਼ ਆ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਦੱਸ ਸਕਦੇ ਹੋ ਉਹਨਾਂ ਨੂੰ ਵੀ ਘਬਰਾਉਣਾ ਨਹੀਂ ਚਾਹੀਦਾ ਮੈਨੂੰ ਲੱਗਦਾ ਕਿ ਜੇ ਜਿਵੇਂ ਹੁਣ ਬਾਈ ਨੇ ਮੁਸ਼ਕਲਾਂ ਨੂੰ ਹਰਾਤਾ ਤਾਂ ਇਦਾਂ ਦੀਆਂ ਬਹੁਤ ਚੀਜ਼ਾਂ ਹੋ ਸਕਦੀਆਂ ਅਪਾ ਦਾਇਨਾ ਵੀ ਜੋ ਕੋਈ ਮਤਲਬ ਕੋਈ ਏਕਨ ਹੈਗਾ ਤਾਂ ਉਹਨੂੰ ਜ਼ਰੂਰ ਸਾਥ ਦੇਵੋ ਜਿਵੇਂ ਹੁਣ ਇਹ ਚਲ ਸੁਣਦੇ ਬੋਲਦੇ ਨਹੀਂ ਮੈਂ ਹੈਂਡੀਕੈਪਟਾ ਤੇ ਮੈਂ ਮੈਨੂੰ ਸਾਰਾ ਪਤਾ ਲੱਗਾ ਸੀ ਇਹਨਾਂ ਬਾਰੇ ਵੀ ਉਹ ਏਕਨ ਨੇਗੇ ਤੇ ਮੈਂ ਆਪਦੇ ਆਪਣੇ ਸੋਚੇ ਵੀ ਕੋਈ ਨਾ ਮੈਂ ਵੀ ਰੱਬ ਦੀ ਮਾਰੇ ਤੇ ਉਹ ਵੀ ਰੱਬ ਦੇ ਮਾਰੇ ਠੀਕ ਆ ਸਾਡਾ ਦੋਹਾਂ ਦਾ ਸਾਥ ਬਣ ਜੂ ਅਸੀਂ ਕੱਢਾਂਗੇ ਜ਼ਿੰਦਗੀ ਤੇ ਕੋਈ ਵੀ ਇਹਨਾਂ ਨੂੰ ਉਹ ਨਹੀਂ ਹੈਗੀ ਕਿ ਹੈਈ ਤੇ ਕੋਈ ਮੈਨੂੰ ਨਹੀਂ ਹੈਗੀ ਜੀ ਮੈਨੂੰ ਤਾਂ ਜਾਨੀ ਕਿ ਮਤਲਬ ਐਂ ਲੱਗਦਾ ਵੀ ਚੰਗੇ ਭਲੇ ਹੀ ਨੇ ਇਹ ਠੀਕ ਆ ਨਾ ਜੀ ਆਪਨ ਕੋਈ ਔਖਾ ਨਹੀਂ ਲੱਗਦਾ ਹੈਗਾ ਤੇ ਆਪਾਂ ਨੂੰ ਬਸ ਜਿਵੇਂ ਕੇ ਸੁਣਦੇ ਬੋਲਣ ਵਾਲੇ ਹੁੰਦੇ ਨੇ ਉਦਾਂ ਦਾ ਹੀ ਲੱਗਦਾ ਬਸ ਆਪਾਂ ਅੱਛਾ ਜਦੋਂ ਜਦੋਂ ਵਿਆਹ ਦੀ ਗੱਲ ਚੱਲਦੀ ਸੀ ਪਹਿਲੀ ਕੋਈ ਮੁਲਾਕਾਤ ਜਦੋਂ ਹੋਈ ਹੋਣੀ ਹੈ ਕੋਈ ਯਾਦ ਹੈਗੀ ਆ ਉਦੋਂ ਦੀ ਕਿੱਦਾਂ ਹਾਂ ਜੀ ਪਹਿਲਾਂ ਕੋਈ ਮੁਲਾਕਾਤ ਨਹੀਂ ਹੋਈ ਬਸ ਫੋਟੋ ਤੇ ਹੀ ਦੇਖ-ਦੇਖਿਆ ਹੋਇਆ ਜੀ ਫੋਟੋ ਤੇ ਕਰ ਲਿਆ ਹੋਣਾ ਮੁੰਡਾ ਪਸੰਦ ਮੁੰਡਾ ਦਾ ਸਮਾਰਟ ਹੋ ਤਾਂ ਜੀ ਸਾਨੂੰ ਪਤਾ ਹੀ ਆ ਵਾਡੇ ਇੰਦੇ ਇੱਕ ਫਿਰ ਫੈਨ ਹੋ ਜਾਂਦੇ ਆ ਹਾਂ ਫੋਟੋ ਤੇ ਹੀ ਹੋਇਆ ਜੀ ਕੋਈ ਪਹਿਲਾਂ ਇਹ ਜੀ ਕੋਈ ਗੱਲਬਾਤ ਨਹੀਂ ਸੀਗੀ ਅੱਛਾ ਹੁਣ 파ਰਸ ਤੁਹਾਡਾ ਬੇਟਾ ਬਿਲਕੁਲ ਠੀਕ ਆ ਉਹਨੂੰ ਦੇਖ ਕੇ ਇੱਕ ਹੋਰ ਹੌਸਲਾ ਵੀ ਮ ਹਾਂਜੀ ਹਾਂ ਉਹ ਤਾਂ ਹੈਂ ਜੀ ਕਹਿੰਦੇ ਨਹੀਂ ਹੁੰਦੇ ਰੱਬ ਬੇਟਾ ਹੁੰਦਾ ਤਾਂ ਰੱਬ ਨਾਲ ਹੀ ਹੈਗਾ ਜੀ ਹਾਂ ਠੀਕਾਂ ਦਾ ਜੀ ਰੱਬ ਨੇ ਬੇਟਾ ਵੀ ਦੇਤਾ ਤੇ ਜੀਵਨ ਸਾਥੀ ਵੀ ਦੇਤਾ ਕੋਈ ਇਹੋ ਜਿਹਾ ਉਹ ਨਹੀਂ ਹੈਗੇ ਜੀ ਜੀਵਨ ਸਾਥੀ ਖੁਸ਼ ਵੀ ਰੱਖਦਾ ਬਾਰ ਆ ਮੇਰੇ ਸਸੋਰੇ ਮੈਨੂੰ ਕੋਈ ਇਹਨਾ ਹੁੰਦੇ ਕੋਈ ਜਾਨੀ ਕਿ ਉਹ ਹੈ ਨਹੀਂ ਵਾਹ ਜੀ ਵਾਹ ਬਸ ਮੇਰੇ ਮਾਪੇ ਹੋਈ ਨੇ ਸਮਝ ਜਿਵੇਂ ਵੀ ਹੈਗੇ ਨੇ ਕਿ ਕੋਈ ਮੈਨੂੰ ਉਹ ਨਹੀਂ ਹੈਗਾ ਵਿਚੇ ਰਹਿੰਦੇ ਆ ਕੋਈ ਉਹ ਨਹੀਂ ਹੈਗਾ ਅਸੀਂ ਇਕੱਠੇ ਹੀ ਆ ਸਮਝ ਕੋਈ ਔਖਾ ਨਹੀਂ ਲੱਗਦਾ ਹੈਗਾ ਜੀ ਇਹ ਬਹੁਤ ਵੱਡੀ ਗੱਲ ਆ ਆਂਟੀ ਅੱਜ ਕੱਲ ਇਹ ਚੀਜ਼ਾਂ ਇਹ ਬਹੁਤ ਵੱਡੀ ਗੱਲਾਂ ਨੂੰ ਹਾਂ ਦੇ ਮਨ 'ਚ ਇੰਨਾ ਸਤਕਾਰ ਹੋਣਾ ਸੱਸਾਂ ਦੇ ਲਈ ਇਹ ਇਹ ਬਹੁਤ ਵਧੀਆ ਗੱਲ ਹਾਂਜੀ ਮੈਂ ਤਾਂ ਆਪਦੀ ਇਹਨਾਂ ਨੂੰ ਕੁਝ ਕਹਿਦੀ ਹੂੰ ਆਪੇ ਰੋਟੀ ਦੇ ਦਿਆ ਨੇ ਫੇਰੇ ਇਹ ਵਿਚਾਰੀ ਮੁਸ਼ਕਲ ਚ ਅਸੀਂ ਕਹੇ ਤੂੰ ਆਪ ਦੀ ਹੋਰ ਰੋਟੀ ਪਕਾ ਲੈ ਕਰ ਅਸੀਂ ਆਪੇ ਇੱਕ ਵੱਡੀ ਨੂੰਹਾਂ ਹੋਰ ਰੋਟੀ ਦੇ ਦਿੰਦੇ ਹਾਂ ਅਸੀਂ ਕਹੇ ਤੂੰ ਰਾਮ ਕਰ ਲੈ ਹੂੰ ਬਸ ਇਹ ਗੱਲ ਅੱਛਾ ਤੇ ਤੇ ਸੁਖਵਿੰਦਰ ਦੀ ਡਾਈਟ ਦੀ ਜ਼ਿੰਮੇਵਾਰੀ ਕੀ ਦੀ ਹੈ ਕੌਣ ਬਣਾ ਕੇ ਦਿੰਦਾ ਕਿ ਆਪ ਬਾਈ ਬਣਾ ਲੈਂਦਾ ਇਹ ਆਪੇ ਬਣਾ ਲੈਂਦੇ ਨੇ ਜੀ ਜੇ ਕੋਈ ਲੈ ਕੋਈ ਮਤਲਬ ਜੂਸ ਜਾਸ ਕਰਨਾ ਹੋਵੇ ਤਾਂ ਇਹ ਆਪ ਹੀ ਬਣਾਉਂਦੇ ਨੇ ਫਿਰ ਮੈਨੂੰ ਤਾਂ ਜੀ ਇਹ ਕਰਨ ਨਹੀਂ ਦਿੰਦੇ ਕਹਿੰਦੇ ਤੈਨੂੰ ਪਤਾ ਨਹੀਂ ਹੈਗਾ ਆਪੀ ਬਣਾਉਂਦੇ ਮਨੂੰ ਦਿੰਦੇ ਨੇ ਜੀ ਇਹ ਸਮਝਦਾ ਹੋਇਆ ਬਾਈ ਗੱਲ ਹੱਸਦਾ ਪਤਾ ਜੀ ਹੁਣ ਸਾਨੂੰ ਪਤਾਗਾ ਦੁਨੀਆਦਾਰੀ ਦੇਖੀ ਹੋਈ ਹੈ ਇਹਨਾਂ ਦੀ ਸਾਰੀ ਅਜੇ ਆਪਾਂ ਨੇ ਵੀ ਛੋਡੇ ਵਰਗਿਆਂ ਦੀ ਦੇਖੀ ਹੋਈ ਹੈ ਤੇ ਇਹਨਾਂ ਦੀ ਦੇਖੀ ਹੋਈ ਹੈ ਜੀ ਨਹੀਂ ਸਾਡੇ ਤੋਂ ਤਾਂ ਵੱਧ ਬਾਈ ਨੇ ਚੁਣੌਤੀਆਂ ਦੇਖੀਆਂ ਹਾਂਜੀ ਅਸਤਾ ਜੀ ਕਮਾਖਾਂ ਦਾ ਆਪਾਂ ਨਹੀਂ ਟੱਪਦੇ ਹੈਗੇ ਤੇ ਹੁਣ ਇਹਨਾਂ ਤੋਂ ਪਤਾ ਦੁਨੀਆਦਾਰੀ ਦੇਖੀ ਆਇਆ ਹੈ ਐ ਨਨ ਜੇ ਤੇ ਨਹੀਂ ਵੀ ਜਾਣਾ ਸੀ ਉੱਥੇ ਵੀ ਬਿਲਕੁਲ ਅਸੀਂ ਵੀ ਅਸੀਂ ਵੀ ਜਿਹੜੇ ਸਾਡੇ ਕੋਈ ਸੋਰਸ ਨੇ ਅਸੀਂ ਵੀ ਉਹਨਾਂ ਤੱਕ ਇਹ ਪਹੁੰਚਾਵਾਂਗੇ ਔਰ ਮੈਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਹੋ ਸਕਦਾ ਬਾਈ ਦੀ ਜਿਹੜੀ ਹੋਰ ਬਾਈ ਨੂੰ ਕੋਈ ਸਹਾਇਤਾ ਮਿਲੇ ਤੇ ਬਾਈ ਜੋ ਚੀਜ਼ਾਂ ਕਰਨੀਆਂ ਚਾਹੁੰਦਾ ਕਿਉਂਕਿ ਬਾਡੀ ਬਿਲਡਿੰਗ ਦੇ ਵਿੱਚ ਵੀ ਇੱਕ ਬਹੁਤ ਮਹਿੰਗੀ ਗੇਮ ਹੈ ਬਹੁਤ ਚੀਜ਼ਾਂ ਹੋ ਸਕਦੀਆਂ ਨੇ ਕਿਉਂਕਿ ਮਹਿੰਗੇ ਪ੍ਰੋਟੀਨ ਆ ਜਾਂਦੇ ਆ ਮਹਿੰਗੀ ਜੇਕਰ ਕੋਈ ਡਾਈਟ ਮਿਲੇ ਜਾਂ ਫਿਰ ਇੱਕ ਕੋਚਿੰਗ ਕੋਈ ਬਹੁਤ ਵਧੀਆ ਮਿਲੇ ਤਾਂ ਹੋਰ ਮੈਨੂੰ ਲੱਗਦਾ ਕਿ ਚੀਜ਼ਾਂ ਵਧੀਆ ਹੋ ਸਕਦੀਆਂ ਨੇ ਇਦਾਂ ਦੇ ਨੌਜਵਾਨਾਂ ਨੂੰ ਜ਼ਰੂਰ ਪ੍ਰਸਤਾਹਿਤ ਇਹਨਾਂ ਨੂੰ ਕਰਨਾ ਚਾਹੀਦਾ ਔਰ ਮੈਂ ਚਾਹਾਂਗਾ ਕਿ ਜਿਹੜੇ ਪੁਲਸ ਵੱਲੋਂ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਛਡਾਓ ਕੋਈ ਸੈਮੀਨਾਰ ਲਗਾਏ ਜਾਂਦੇ ਨੇ ਉਹ ਵੀ ਇਹੋ ਜਿਹੇ ਮੁੰਡਿਆਂ ਨੂੰ ਜਿਹੜਾ ਰੋਲ ਮਾਡਲ ਨਾਲ ਲੈ ਕੇ ਜਾਣ ਕਿਉਂਕਿ ਇਹ ਪ੍ਰਤੱਖ ਤੌਰ ਤੇ ਨੌਜਵਾਨ ਬਹੁਤ ਚੀਜ਼ਾਂ ਸਿਖਾ ਸਕਦੇ ਨੇ ਲੋਕੀ ਅੱਜਕੱਲ ਉਹਨਾਂ ਨੂੰ ਸਮਝਾ ਸਮਝਾ ਕੇ ਜਿਹੜੇ ਬਿਲਕੁਲ ਠੀਕ ਹੁੰਦੇ ਨੇ ਉਹ ਵੀ ਨਹੀਂ ਚੀਜ਼ਾਂ ਸਮਝਦੇ ਔਰ ਬਾਈ ਨੇ ਹੀਣਤਾ ਨੂੰ ਚੁਣੌਤੀ ਦੇ ਕੇ ਚੀਜ਼ਾਂ ਸਮਝੀਆਂ ਨੇ ਮੈਂ ਬੇਬੇ 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 ਤਾਂ ਤੇ ਕੋ ਤੁਸੀਂ ਇਹ ਦੇਖੋ ਤੁਸੀਂ ਬਹੁਤ ਤੁਸੀਂ ਮੋਟੀਵੇਟ ਹੋਵੋਗੇ ਔਰ ਉਪਰਵਾਰਕ ਮੈਂ ਮੈਂ ਬਾਰ-ਬਾਰ ਬਾਈ ਦੇ ਉੱਤੇ ਪੋਜ਼ਿੰਗ ਤਾਂ ਕਰਵਾ ਰਿਆ ਕਿ ਤੁਹਾਨੂੰ ਯਾਰ ਮੋਟੀਵੇਟ ਕਰੇ ਇਹ ਚੀਜ਼ ਇੱਥੇ ਜੇ ਭਾਰ ਘਟਾਉਣਾ ਹੁੰਦਾ ਆਪਣੇ ਲਈ ਉਹੀ ਬਹੁਤ ਵੱਡੀ ਚੁਣੌਤੀ ਬਣ ਜਾਂਦੀ ਹੈ ਹਰ ਤਰ੍ਹਾਂ ਦੀ ਸਹੂਲਤ ਹੁੰਦੇ ਹੋਏ ਵੀ ਔਰ ਆ ਦੇਖੋ ਤੁਸੀਂ ਕਿਹੜੇ ਹਾਲਾਤਾਂ ਦੇ ਨਾਲ ਬੰਦਾ ਲੜ ਕੇ ਇੱਥੇ ਤੱਕ ਪਹੁੰਚਿਆ ਹੋਊਗਾ ਇਹ ਬਹੁਤ ਵੱਡੀ ਕਹਾਣੀ ਹੋਊਗੀ ਇਹਦੇ ਪਿੱਛੇ ਐ ਨਹੀਂ ਆ ਕਿ ਰਾਤੋ-ਰਾਤ ਬੋਡੀ ਬਣ ਗਈ ਜਿਹੜੇ ਜਿਨ੍ਹਾਂ ਨੇ ਬਣਾਈ ਆ ਜਾਂ ਜਿਨ੍ਹਾਂ ਨੇ ਇੰਨੀ ਫਿਜ਼ੀਕ ਮੇਨਟੇਨ ਕਰਨੀ ਹੁੰਦੀ ਹੈ ਉਹ ਜਾਣਦੇ ਨੇ ਕਿ ਕਿੰਨੀ ਮਿਹਨਤ ਹੁੰਦੀ ਆ ਤਾਂ ਤੁਸੀਂ ਦੇਖੋ ਫੈਟ ਦਾ ਨਾਮੋ ਨਿਸ਼ਾਨੀ ਐਬਸ ਦੇਖੋ ਤੁਸੀਂ ਕਿਦਾਂ ਔਰ ਔਰ ਇੱਕ ਵਾਰ ਇੱਕ ਵਾਰ ਬਾਈ ਫੇਰ ਦੁਬਾਰਤ ਜੇ ਫਲਿੱਪ ਕਰੋ ਬੈਕ ਜੀ ਦੇਖੀਏ ਤੁਹਾਡੀ ਆ ਦੇਖੋ ਤੁਸੀਂ ਬੈਕ ਬੈਕ ਦੇ ਵੀ ਮਸਲ ਪੂਰੇ ਵਧੀਆ ਵਾਹ ਜੀ ਵਾਹ ਆ ਦੇਖੋ ਤੁਸੀਂ ਬੱਲੇ 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 ਦੇਖੋ ਤੁਸੀਂ ਇੱਕ ਕਬੱਡੀ ਮੇਲਿਆਂ ਦਾ ਬਾਈ ਸ਼ਿੰਗਾਰ ਆ ਔਰ ਇਹ ਨੌਜਵਾਨਾਂ ਦੇ ਲਈ ਵੀ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਮਿਸਾਲ ਹੋਊਗੀ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਜੇ ਚਾਹੋ ਤਾਂ ਅੱਛਾ ਇਹਨਾਂ ਦੇ ਸਿਸਟਰ ਨੇ ਨਾਲ ਭੈਣਾਂ ਦਾ ਬਹੁਤ ਪਿਆਰ ਹੁੰਦਾ ਵੀਰਾਂ ਦੇ ਨਾਲ ਕੀ ਨਾਮ ਜੀ ਤੁਹਾਡਾ ਸੁਰਿੰਦਰ ਕੌਰ ਜੀ ਸੁਰਿੰਦਰ ਕੌਰ ਅੱਛਾ ਸੁਖਵਿੰਦਰ ਸੁਰਿੰਦਰ ਇਹ 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 ਫਿਰ ਕਿੱਦਾਂ ਦਾ ਤੁਹਾਡਾ ਕਿੱਦਾਂ ਦਾ ਸਾਥ ਹੈ ਕਿਉਂਕਿ ਭੈਣਾਂ ਦਾ ਬਹੁਤ ਟਿਊਨਿੰਗ ਹੁੰਦੀ ਹੈ ਭਰਾਵਾਂ ਨਾਲ ਨਾ ਤਾਂ ਸੌਟੀ ਹੁੰਦੀ ਸੀ ਇਹ ਮੈਨੂੰ ਬੜਾ ਹੀ ਪਿਆਰ ਕਰਦੇ ਸੀਗੇ ਤੇ ਇਹਨਾਂ ਨੂੰ ਬਚਪਨ ਤੋਂ ਹੀ ਸੌਂਖ ਰਹਿੰਦਾ ਸੀ ਬਸ ਜਿੱਦਾਂ ਕਿ ਮੈਂ ਨਿਆਣੀ ਹੁੰਦੀ ਸੀ ਇਹਨਾਂ ਨੇ ਚੱਕ ਚੱਕ ਕੇ ਸਾਨੂੰ ਇਦਾਂ ਇਦਾਂ ਕਰੀ ਜਾਣਾ ਹੁੰਦਾ ਸੀ ਵੀ ਮੇਰੀ ਬਾਡੀ ਬਣੇ ਬੜਾਈ ਬਸ ਆਪਣਾ ਕੋਈ ਨਾ ਕੋਈ ਜਗਾਰ ਲਾ ਲਿੰਦਾ ਸੀ ਆਪਣੀ ਅੱਛਾ ਕਈ ਕਈ ਵਾਰੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲੱਗਦਾ ਹੋਣਾ ਕਿ ਜਿਵੇਂ ਥੋੜੀ ਪਰਮਾਤਮਾ ਨੇ ਕਮੀ ਦੇਤੀ ਹੈ ਨਾ ਪਰ ਪਰ ਹੁਣ ਹੁਣ ਮੈਨੂੰ ਲੱਗਦਾ ਕਿ ਐਕਸਟਰਾਔਡੀਨਰੀ ਚੀਜ਼ਾਂ ਨਿਕਲੀਆਂ ਫਿਲਮਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜੇ ਆਪਾਂ ਦੇਖੀਏ ਨਾ ਤਾਂ ਆਪਾਂ ਉਦੋਂ ਵੀ ਸਮਝਦੇ ਹਾਂ ਕਿ ਪਤਾ ਨਹੀਂ ਯਾਰ ਇੰਨਾ ਤੁਸੀਂ ਓ ਪਰ ਇਹ ਤਾਂ ਦੇਖੋ ਬਾਈ ਨੇ ਪ੍ਰਤੱਖ ਚੀਜ਼ਾਂ ਕਰਕੇ ਦਿਖਾਤੀਆਂ ਇਹਨਾਂ ਨੂੰ ਤਾਂ ਬਚਪਨ ਤੋਂ ਹੀ ਸ਼ੌਂਕ ਸੀਗਾ ਬਹੁਤ ਜ਼ਿਆਦਾ ਹੀ ਸੀਗਾ ਇਹ ਥੋੜਾ ਲੱਗਦਾ ਸੀਗਾ ਵੀ ਇਹ ਕੁਝ ਬਣੇਗਾ ਜ਼ਰੂਰ ਬਣੇਗਾ ਹਾਂਜੀ ਵੀਰ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਸੀਗੀ ਵੀ ਚਲੋ ਮੇਰਾ ਭਰਾ ਬੋਲ ਨਹੀਂ ਸਕਦਾ ਵੀ ਇਸ ਦੇ ਵਿੱਚ ਕੋਈ ਗੁਣ ਹੈ ਤੇ ਸਾਨੂੰ ਬੜਾ ਹੀ ਚੰਗਾ ਲੱਗਦਾ ਸੀਗਾ ਹਾਂਜੀ ਵੀਰ ਜੀ ਤਾਂ ਬਿਲਕੁਲ ਡੇਲੀ ਪੋਸਟ ਪੰਜਾਬੀ ਦੇ ਉੱਤੇ ਇਹਨਾਂ ਨੂੰ ਲਿਆਉਣ ਦਾ ਦਿਖਾਉਣ ਦਾ ਗੱਲਬਾਤ ਕਰਾਉਣ ਦਾ ਇਹੀ ਮਕਸਦ ਹੈ ਆਜੋ ਤਾਂ ਕਿ ਤੁਸੀਂ ਤੁਹਾਨੂੰ ਮੋਟੀਵੇਟ ਕਰੇ ਇੱਕ ਇੱਕ ਸੁਨੇਹਾ ਜ਼ਰੂਰ ਲਾਓ ਭੈਣੇ ਜਿਹੜੇ ਲੋਕ ਇਦਾਂ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਕਹੀਨਤਾ ਦੇ ਨਾਲ ਜੂਝ ਰਹੇ ਨੇ ਔਰ ਮਾਪਿਆਂ ਨੂੰ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਹੁੰਦੀਆਂ ਨੇ ਤੁਸੀਂ ਤੁਹਾਡੇ ਵੀ ਪੇਰੈਂਟਸ ਨੂੰ ਉਹ ਬਹੁਤ ਤਰ੍ਹਾਂ ਦੀਆਂ ਸੋਚਾਂ ਹੋਣਗੀਆਂ ਕਿ ਸਾਡੀ ਧੀ ਕਿਵੇਂ ਜ਼ਿੰਦਗੀ 'ਚ ਸੁખી ਰਹੇ ਹੈ ਨਾ ਪਰ ਤੁਸੀਂ ਆਪਣੇ ਜਜ਼ਬੇ ਦੇ ਨਾਲ ਇੱਕ ਆਪਣੀ ਸਿਆਣਪ ਦੇ ਨਾਲ ਇੰਨਾ ਵਧੀਆ ਪਰਿਵਾਰ ਗੰਢ ਲਿਆ ਔਰ ਤੁਸੀਂ ਇੰਨਾ ਸਭ ਦਾ ਸਤਿਕਾਰ ਕਰ ਰਹੇ ਹੋ ਹਾਂਜੀ ਹਾਂ ਪਤਾ ਹੈ ਕਹਿੰਦੇ ਵੀ ਜਿੰਨੇ ਵੀ ਜੀ ਬਿਰਜੀ ਪਤਾ ਗਿਆ ਇਹਨਾਂ ਨੇ ਕਿ ਬੱਚੇ ਲੱਗ ਰਹੇ ਨੇ ਨਸਾਂ ਤੇ ਆਪਾਂ ਤਾਂ ਐ ਕਹਿੰਦੇ ਵੀ ਸਾਰੇ ਜਣ ਕੇ ਸੋਧਰੋ ਠੀਕ ਹੈ ਨਾ ਵੀ ਸਾਰੀ ਇਹ ਹੈ ਜੇ ਬਣੋ ਕੋਈ ਕਬੱਡੀ ਵਾਲਾ ਬਣੋ ਕੋਈ ਕਾਸੇ ਵਾਲਾ ਬਣੋ ਪਰ ਨਸੇ ਪੱਤੇ ਨਾਲ ਖੜਾ ਸੱਡੋ ਜੀ ਆਪਦੀ ਜ਼ਿੰਦਗੀ ਬਾਰੇ ਸੋਚੋ ਆਪਦੇ ਮਾਪਿਆਂ ਨੂੰ ਕਿਉਂ ਪਰੇਸ਼ਾਨ ਕਰਦੇ ਹੋਗੇ ਨਸੇ ਪੱਤੇ ਕਰਦੇ ਹੋਗੇ ਅੱਜ ਕੱਲ ਸਾਨੂੰ ਪਤਾ ਜੀ ਇੱਕ ਇੱਕ ਮਸਾ ਹੁੰਦਾ ਦੋ ਦੋ ਉਹੀ ਨਸਾਂ ਤੇ ਲੱਗ ਜਾਂਦੇ ਨੇ ਮਾਪਿਆਂ ਨੂੰ ਤਾਂ ਕੋਈ ਜੰਮੇ ਦਾ ਫਾਇਦਾ ਹੀ ਨਹੀਂ ਹੈਗਾ ਬਚਪਨ ਤੋਂ ਪਹਿਲਾਂ ਹੀ ਚੱਲ ਜਾਂਦੇ ਨੇ ਆਪਾਂ ਤਾਂ ਬਸ ਐਂ ਕਹਿੰਦੇ ਆ ਵੀ ਅਰਦਾਸ ਹੀ ਕਰਦੇ ਆ ਵੀ ਸਾਰੇ ਨਸ਼ੇ ਪੱਤੇ ਛੱਡੋ ਜੀ ਆਪਣੀ ਜ਼ਿੰਦਗੀ ਬਾਰੇ ਸੋਚੋ ਵਾਹ ਵਾਹ ਜੀ ਵਾਹ ਬਹੁਤ ਵਧੀਆ ਭੈਣ ਨੇ ਸੁਨੇਹਾ ਦਿੱਤਾ ਕਿ ਨਸ਼ੇ ਪੱਤੇ ਛੱਡੋ ਜ਼ਿੰਦਗੀ ਬਾਰੇ ਜ਼ਰੂਰ ਸੋਚੋ ਕੱਲੇ ਕਹਿ ਰਹੇ ਜਿਹੜੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਨੇ ਦੇਖੀਦਾ ਕਿ ਕਿੱਦਾਂ ਜਿਹੜੀਆਂ ਮੌਤਾਂ ਹੁੰਦੀਆਂ ਨੇ ਅੱਛਾ ਭਾਈ ਨਸ਼ਿਆਂ ਬਾਰੇ ਇੱਕ ਕਹਿਦੇ ਆਪਣੇ ਅੰਦਾਜ਼ ਦੇ ਵਿੱਚ ਕਿ ਨਸ਼ੇ ਨਾ ਕਰੋ ਤਾਂ ਬਿਲਕੁਲ ਸੁਖਵਿੰਦਰ ਕਹਿ ਰਿਹਾ ਕਿ ਨਸ਼ਿਆਂ ਤੋਂ ਤੌਬਾ ਕਰ ਲਓ ਨਸ਼ੇ ਜਿਹੜੇ ਨਾ ਕਰੋ ਤਾਂ ਬਿਲਕੁਲ ਪਿੰਡ ਕਕਰਾਲਾ ਤੋਂ ਆ ਦੇਖੋ ਸੁਖਵਿੰਦਰ ਇਹ ਸੁਨੇਹਾ ਦੇ ਰਿਹਾ ਕਹਿੰਦਾ ਕਿ ਬੱਚੇ ਮਾਪਿਆਂ ਨੇ ਬਹੁਤ ਮੁਸ਼ਕਲ ਨਾਲ ਪਾਲੇ ਹੁੰਦੇ ਆ ਸਿਗਰਟ ਨਸ਼ਾ दारू ਕੁਛ ਨਾ ਪੀਓ ਬਹੁਤ ਜ਼ਬਰਦਸਤ ਬਾਈ ਦਾ ਸੁਨੇਹਾ ਵਾ ਰੋਟੀ ਖਾਓ ਸਿਹਤ ਬਣਾਓ ਪਰਿਵਾਰ ਬਾਰੇ ਸੋਚੋ ਵਾਹ ਜੀ ਵਾ ਕਮਾਲ ਕਰਤੀ ਸੋ ਸੁਖਵਿੰਦਰ ਸੁਖਵਿੰਦਰ ਨੇ ਇਹ ਸੁਨੇਹਾ ਦਿੱਤਾ ਹੈ ਪਰਿਵਾਰ ਦੇ ਨਾਲ ਪਿੰਡ ਕਕਰਾਲਾ ਜ਼ਿਲ੍ਹਾ ਪਟਿਆਲਾ